ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਨੇ 19 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਅਤੇ ਸੂਬੇ ਵਿੱਚ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 442 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਲੁਧਿਆਣਾ ਵਿੱਚ 8, ਬਠਿੰਡਾ ਵਿੱਚ 3, ਅੰਮ੍ਰਿਤਸਰ ਵਿੱਚ 2, ਬਰਨਾਲਾ, ਜਲੰਧਰ, ਮੁਹਾਲੀ, ਨਵਾਂ ਸ਼ਹਿਰ, ਪਟਿਆਲਾ ਤੇ ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। 24 ਘੰਟਿਆਂ ਦੌਰਾਨ 677 ਸਜਰੇ ਮਾਮਲੇ ਸਾਹਮਣੇ ਆਏ ਨੇ ਜ਼ਿਲ੍ਹਾवार ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ 'ਚ 186 ਬਠਿੰਡਾ 'ਚ 118 ਜਲੰਧਰ 'ਚ 115 ਫਿਰੋਜ਼ਪੁਰ 'ਚ 51 ਗੁਰਦਾਸਪੁਰ ਅਤੇ ਪਟਿਆਲਾ 'ਚ 34 34 ਅੰਮ੍ਰਿਤਸਰ ਦੇ ਵਿੱਚ 29 ਮੋਗਾ 'ਚ 22 ਬਰਨਾਲਾ 'ਚ 20 ਫਾਜ਼ਿਲਕਾ 'ਚ 14 ਪਠਾਨਕੋਟ 'ਚ 13 ਹੁਸ਼ਿਆਰਪੁਰ ਤੇ ਕਪੂਰਥਲਾ 'ਚ 9 9 ਸੰਗਰੂਰ 28 ਫਰੀਦਕੋਟ 'ਚ 3 ਫਤਿਹਗੜ ਸਾਹਿਬ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਸਥਿਤੀ ਸਭ ਤੋਂ ਜ਼ਿਆਦਾ ਗੰਭੀਰ ਬਣੀ ਹੋਈ ਹੈ ਇਨ੍ਹਾਂ ਵਿੱਚ ਲੁਧਿਆਣਾ ਮੋਰੀ ਹੈ ਇਸ ਜ਼ਿਲ੍ਹੇ ਵਿੱਚ ਸੱਜਰੇ ਮਾਮਲੇ ਵੀ ਰੋਜ਼ਾਨਾ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਵੀ ਸਭ ਤੋਂ ਜ਼ਿਆਦਾ ਹੋ ਰਹੀਆਂ ਹਨ ਇਨ੍ਹਾਂ ਜ਼ਿਲ੍ਹਿਆਂ ਦੀ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ ਕੁੱਲ ਮਾਮਲੇ 3714 ਅਤੇ ਮੌਤਾਂ 115 ਜਲੰਧਰ ਵਿੱਚ ਕੁੱਲ ਮਾਮਲੇ 2610 ਤੇ ਮੌਤਾਂ 55 ਅੰਮ੍ਰਿਤਸਰ ਦੇ ਵਿੱਚ ਕੁੱਲ ਮਾਮਲੇ 1985 ਤੱਕ ਪਹੁੰਚ ਗਏ ਨੇ ਅਤੇ 85 ਮੌਤਾਂ ਹੋ ਚੁੱਕੀਆਂ ਨੇ ਪਟਿਆਲਾ ਦੇ ਵਿੱਚ ਮਾਮਲੇ 1919 ਅਤੇ 33 ਮੌਤਾਂ ਹੋ ਗਈਆਂ। ਸੰਗਰੂਰ ਵਿੱਚ ਕੁੱਲ ਮਾਮਲੇ 1126 ਤੱਕ ਪਹੁੰਚ ਗਏ ਨੇ ਅਤੇ ਮੌਤਾਂ ਦਾ ਅੰਕੜਾ 29 ਤੱਕ ਕੱਪੜ ਗਿਆ ਹੈ। ਵਿਭਾਗ ਵੱਲੋਂ ਹੁਣ ਤੱਕ 6 ਲੱਖ ਤੋਂ ਵੱਧ ਨਮੂਨੇ ਟੈਸਟ ਲਈ ਲਏ ਗਏ ਹਨ। ਸੂਬੇ ਦੇ ਵਿੱਚ 11882 ਵਿਅਕਤੀ ਸਿਹਤਯਾਬੀ ਹੋਏ ਨੇ ਅਤੇ 6102 ਵਿਅਕਤੀ ਇਸ ਸਮੇਂ ਇਲਾਜ ਅਧੀਨ ਹਨ। ਇਹਨਾਂ ਵਿੱਚੋਂ 166 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।